ਇਹ ਸੋਨਾ ਹੈ, ਜੋ ਚੀਜ਼ ਵੀ ਹੈ ਸੋਨਾ, ਚਾਂਦੀ ਹੈ, ਪਿੱਤਲ ਹੈ, ਇਹ ਤੁਹਾਡੇ ਸਾਹਮਣੇ। ਅਸਲਦਾਰ ਦੀ ਪਹਿਚਾਣ ਤੁਸੀਂ ਖੁਦ ਕਰ ਸਕਦੇ ਸਾਡੇ ਨਾਲ ਬਿਹਤਰ। ਔਰ ਓਕੇ, ਵਰਕ ਲੈ ਅੱਗੇ ਵੀ ਮਾੜਾ ਜਿਹਾ ਚੌਕੀ 'ਤੇ ਪਿੱਛਾ ਵੇਖ ਲਈਏ ਮੈਂ। ਮੂੰਹ ਦੀ ਕਿੱਦਾਂ, ਮੂੰਹ ਪੱਟ ਜਾਂਦਾ ਫੋਲੀ ਮੂੰਹ ਦੀ? ਦੇਖੋ ਚੱਡਿਆ ਨੇ ਥੱਲੇ ਪੈਰ ਜ਼ਰਾ ਖੋਲ ਕੇ ਨਹੀਂ ਰੱਖਦੀ ਚੱਟੀ ਫੋਲੀ ਬਾਈ ਮੂੰਹ ਦੀ ਸਹੀ ਹੈ। ਮੂੰਹ ਪੱਟੀ ਮੂੰਹ ਦਾ ਦੇਖੋ, ਮਾਸ਼ਾਅੱਲਾ ਪੋਲਾ ਜਵਾਨ ਹੈ ਜੀ। ਜੀ ਜਲਦੀ ਜਵਾਨ ਹੈ, ਠੀਕ ਹੋ ਗਿਆ ਸਾਡਾ ਕੋਈ ਦੂਸਰਾ ਸੂਆ। ਇਹ ਪਿੱਛੇ ਜਨਾਬ ਜੀ ਨੇ ਬੱਚਾ ਕੱਟੀ ਹੈ ਜੀ, ਕੱਟੀ ਜਨਾਬ ਜੀ ਦੇਖੋ ਮਾਸ਼ਾਅੱਲਾ, ਕਾਲੀ ਸਫੈਦ ਜਨਾਬ ਜੀ, ਚਿੱਟੀ ਸਫੈਦ ਆ ਕੇ ਪੈਰ ਦੇਖੋ ਮਾਸ਼ਾਅੱਲਾ, ਪਿਛਲੇ ਕਿੰਨੇ ਸਨ ਸਫੈਦ, ਚਿੱਟੀ ਸਫੈਦ ਆ ਕੇ ਚੰਗੀ ਸੁਥਰੀ ਕੱਟੀ ਜਨਾਬ ਜੀ। ਚੁੱਕੀ ਵਿੱਚ ਚੱਡਿਆ ਨੇ ਥੱਬੇ ਮਾਰੇ, ਥਣ ਦੀ ਵਿਰਲ ਬੜੀ ਮਾਸ਼ਾਅੱਲਾ ਜਨਾਬ ਜੀ। ਇਹਦੇ ਨਾਲ ਜਨਾਬ ਜੀ ਤੀਸਰਾ ਸੂਏ ਵਾਲੀ ਮੱਝ, ਮੁਨਾਸਬ ਜੀ ਕੀਮਤ ਦੀ, ਦੇਖੋ ਕਾਲੀ ਸਿਆਖ ਕੇ ਥੋੜ੍ਹਾ ਮੱਥਾ ਸਫੈਦ, ਚੂਰ ਖੂਨ ਸਿੰਘ ਨਸਲਜ਼ਾਦ ਦੀ ਪਹਿਚਾਣ ਤੁਸੀਂ ਖੁਦ ਕਰਨੀ, ਬਰੀਕ ਚਮੜੀ ਦੀ, ਸੂਹ ਨੂੰ ਦਿਨ ਕਾਫੀ ਕੱਢਦੀ, ਦੇਖੋ ਮਾਸ਼ਾਅੱਲਾ ਮੁੱਠ ਮੁੜ ਦਾ ਥਾਣੇ, ਵਿਰਲ ਚੰਗੀ, ਦੁੱਧ ਹੁਣ ਲਾਉਣਾ ਸ਼ੁਰੂ ਕੀਤੀ, ਪੂੰਹ ਥੋੜ੍ਹਾ ਜਿਹਾ ਛੋਟਾ ਹੁੰਦਾ। ਬਾਕੀ ਤਸੱਲੀਆਂ ਕਰਾਵਾਂਗੇ ਦੋਵਾਂ ਦੀਆਂ ਮਾਲਕਾਂ ਕੋਲ ਕਿ ਕਿਨਵੇਂ ਸੂਏ ਹੈ ਅਤੇ ਕਿਨਵਾਂ ਸੂਆ ਨਹੀਂ ਸੂਏ। ਇਹ ਤੀਸਰੇ ਸੂਏ ਇੱਥੇ ਆ ਮੁਬਾਰਕ ਲਈ ਛੋਟੀ ਦੇ ਕੋਲ। ਅਸਲਾਮ ਵਾਲੇਕਮ ਜੀ, ਕੀ ਨਾਂ ਆਪਣਾ? ਇੰਤਜ਼ਾਰ ਬਾਈ। ਇੰਤਜ਼ਾਰ, ਇਹ ਛੋਟੀ ਕਿੱਦਾਂ ਸੋਈ ਹੈ, ਕਿੰਨੇ ਦਿਨ ਹੋ ਗਏ? ਚੌਥਾ ਦਿਨ ਬੋਲਾ ਬਣਦਾ ਪਿਆ ਤੇ ਦੁੱਧ ਕਿੰਨਾ ਕਰਦੀ ਪਈ? ਦੋ ਟਾਈਮ 12 ਕਿਲੋ। 12 ਕਿਲੋ ਪੱਕਾ? ਬੱਚੇ ਨੂੰ ਛੱਡ ਕੇ? ਬੱਚੇ ਨੂੰ ਛੱਡ ਕੇ, ਗੜਵੀ ਮਾਰ ਗੜਵੀ ਮਾਰ ਕੇ, ਸਹੀ ਹੋ ਗਿਆ। ਤੇ ਇਹਦੀ ਮੁਨਾਸਬ ਜੀ ਕੀਮਤ ਦੱਸਿਆ ਜੀ? ਮੁਨਾਸਬ ਇਹਦਾ 2,65,000। 2,65,000 ਰੁਪਿਆ। ਤੇ ਇਹ ਦੂਸਰੇ ਨੰਬਰ ਵਾਲੀ ਕਿਵੇਂ ਸੂਏ? ਇਹ ਤੀਸਰੇ ਸੂਏ ਜੀ। ਕਿੰਨੇ ਦਿਨ ਕੱਢ ਦੀ? ਇਹ ਕੱਢ ਜਾਸੀ ਕੋ 10-12 ਦੇ। 10-12 ਆਏ ਹੁਣ ਲਾਏ ਪਾਈ। ਹਾਂਜੀ ਲਾਏ ਪਾਈ। ਹੋਤੀ ਇਹਦੀ ਮੁਨਾਸਬ ਜੀ ਕੀਮਤ ਕੀ? ਇਹਦੀ ਬਾਈ ਜੀ 2,20,000। 2,20,000 ਇਹਨਾਂ ਦੇ ਦੋਵੇਂ ਰੇਟਾਂ 'ਚ ਪਿਆਰ ਬਤ ਹੋ ਜਾਏਗਾ। ਹਾਂਜੀ ਪਿਆਰ ਮੁਹੱਬਤ ਕੋਈ ਨਹੀਂ, ਕਰ ਲੈ ਸਾਂ। ਠੀਕ ਹੋ ਜੀ ਦੋਸਤੋ, ਪਹਿਲੇ ਨੰਬਰ ਵਾਲੀ ਚੋਟੀ 2,65,000 ਰੁਪਿਆ, 12 ਕਿਲੋ ਦੁੱਧ ਜੀ ਨਾਲ ਚੋਟੀ ਥੱਲੇ, ਤਸੱਲੀ ਕਰਾ ਕੇ ਗੜਵੀ ਮਾਰ ਕੇ ਦੇਵਾਂਗੇ ਆਪਾਂ ਇਨਸ਼ਾਅੱਲਾ।